ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਵਡਹੰਸ ਮਹਲਾ 3 ਗੁਰਮੁਖ ਸਬਬ ਪਾਰ ਭਲਾ ਜੇ ਸਹਿਜੈ ਕੀ ਜੈ ਰਾਮ ਅਨ ਦਿਨ ਨਾਮ ਵਿਖਾਣੀਐ ਲਾਹਾ ਹਰ ਰਸ ਪੀਜੈ ਰਾਮ ਗੁਰਮੁਖ ਸਭ ਵਪਾਰ ਭਲਾ ਜੇ ਸਹਜ ਕੀ ਜੈ ਰਾਮ ਅਨ ਦਿਨ ਨਾਮ ਵਿਖਾਣੀਐ ਲਾਹਾ ਹਰ ਰਸ ਪੀਜੈ ਰਾਮ ਲਾਹ ਹਰ ਰਸ ਲੀਜੈ ਹਰ ਰਾਵੀਜੈ ਅਣ ਦਿਨ ਨਾਮ ਵਖਾਣੈ ਗੁਣ ਸੰਗ ਰਹਿ ਅਵਗੁਣ ਵਿਕਣੈ ਆਪੇ ਆਪ ਪਛਾਣੈ ਗੁਰਮਤਿ ਪਾਈ ਵੱਡੀ ਵਡਿਆਈ ਸਚੈ ਸਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲੇ ਕੀਜੈ ਗੁਰਮੁਖ ਕੇਤੀ ਹਰ ਅੰਤਰ ਬੀਜੈ ਹਰ ਲੀਜੈ ਸਰੀਰ ਜਮਾਏ RAM ਆਪਣੇ ਘਰ ਅੰਦਰ ਰਸ ਪੁੰਚ ਤੂੰ ਲਾਹਾ ਲੈ ਪਰਥਾਏ RAM ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰਾ ਹਰ ਨਾਮ ਤੇ ਆਏ ਮਨ ਵਸਾਏ ਬੂਝੇ ਗੁਰਬੀਚਾਰਾ ਮਨ ਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚੇ ਸ਼ਬਦ ਸੁਭਾਏ ਹਰ ਬਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵਡਭਾਗੋ RAM ਗੁਰਮਤੀ ਮਨ ਨਿਜ ਘਰ ਵਸਿਆ ਸਚੈ ਸਬਦ ਬੈਰਾਗੋ RAM ਮੁਖ ਮਸਤਕ ਭਾਗੋ ਸਚ ਬੈਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬਉਰਾਨਾ ਸਬਦੇ ਹਉਮੈ ਮਾਰੀ ਸਾਚੇ ਸਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੋਹਾਗੋ ਨਾਨਕ ਸਬਦ ਮਿਲੇ ਭਾਉ ਪੰਜਨ ਹਰਿ 라ਵੇ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵੜਿਆਈ RAM ਗੁਰਮਤੀ ਹੁਕਮ ਬੁਝੀਐ ਹੁਕਮੇ ਮੇਲ ਮਿਲਾਈ RAM ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਹਾਰਾ ਪਾਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਝਨ ਅਗੰਮ ਅਗੋਚਰ ਹੁਕਮੇ ਰਹਿ ਆਸਮਾਈ ਪਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰજન ਅਗੰਮ ਅਗੋਚਰ ਹੁਕਮੇ ਰਹਿ ਆਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਏ ਭਾਈ ਜੇ ਗੁਰੂ ਦੀ ਰਾਈ ਆਤਮਿਕ ਡੋਲਤਾ ਵਿੱਚ ਟਿਕ ਕੇ ਹਰ ਨਾਮ ਦਾ ਵਪਾਰ ਕੀਤਾ ਜਾਏ ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ ਏ ਭਾਈ ਪਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ਇਹੀ ਹੈ ਮਨੁੱਖਾਂ ਜਨਮ ਦੀ ਖੱਟੀ ਹਰ ਨਾਮ ਦਾ ਸਵਾਦ ਲੈਣਾ ਚਾਹੀਦਾ ਹੈ ਹਰ ਨਾਮ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਇਹੀ ਮਨੁੱਖਾ ਜਨਮ ਦਾ ਲਾਭ ਹੈ ਜਿਹੜਾ ਮਨੁੱਖ ਹਰ ਵੇਲੇ ਪ੍ਰਭੂ ਦਾ ਨਾਮ ਉਚਾਰਦਾ ਹੈ ਉਹ ਆਪਣੇ ਅੰਦਰ ਆਤਮਿਕ ਗੁਣ ਇਕੱਠੇ ਕਰਕੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਇਸ ਤਰ੍ਹਾਂ ਉਸ ਦੇ ਸਾਰੇ ਔਗਣ ਦੂਰ ਹੋ ਜਾਂਦੇ ਹਨ ਹੇ ਭਾਈ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ ਉਸ ਨੂੰ ਬੜੀ ਇੱਜ਼ਤ ਪ੍ਰਾਪਤ ਹੋਈ ਹੇ ਭਾਈ ਸਦਾ تیر ਪ੍ਰਭੂ ਦੀ ਸਿਫਤਸਲਾ ਦੇ ਸ਼ਬਦ ਵਿੱਚ ਜੁੜ ਕੇ ਹਰ ਨਾਮ ਰਸ ਪੀਣਾ ਚਾਹੀਦਾ ਹੈ ਹੇ ਨਾਨਕ ਪਰਮਾਤਮਾ ਦੀ ਭਗਤੀ ਇੱਕ ਅਸਚਰਜ ਦਾਤ ਹੈ ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪਾ ਕੇ ਭਗਤੀ ਕੀਤੀ ਹੈ ਹੇ ਭਾਈ ਗੁਰੂ ਦੇ ਸੰਮੁਖ ਰਹਿ ਕੇ ਹਰ ਨਾਮ ਦੀ ਖੇਤੀ ਆਪ ਆਪਣੇ ਮਨ ਵਿੱਚ ਬੀਜਣੀ ਚਾਹੀਦੀ ਹੈ ਹਰਨਾਮ ਬੀਜ ਆਪਣੇ ਹਿਰਦੇ ਵਿੱਚ ਗਾਉਣਾ ਚਾਹੀਦਾ ਹੈ हे ਭਾਈ ਤੂੰ ਆਪਣੇ ਹਿਰਦੇ ਵਿੱਚ ਹਰਨਾਮ ਦਾ ਸਵਾਦ ਚਖਿਆ ਕਰ ਅਤੇ ਇਸ ਪਰਲੋਕ ਦਾ ਲਾਭ ਘਟ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਉਂਦਾ ਹੈ ਉਹ ਫੁਰਲੋਕ ਦਾ ਲਾਭ ਘਟ ਜਾਂਦਾ ਹੈ ਉਸ ਦੀ ਨਾਮ ਕੀਤੀ ਉਸ ਦਾ ਨਾਮ ਬਫਾਰਸ ਸਲਾਹਨਯੋਗ ਹੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਜਿਹੜਾ ਹਰ ਨਾਮ ਆਪਣੇ ਮਨ ਵਿੱਚ ਵਸਾਉਂਦਾ ਹੈ ਉਹ ਗੁਰਸਬਦ ਦੀ ਵਿਚਾਰ ਦੀ ਬਰਕਤ ਅਨੰਤ ਆਤਮਿਕ ਜੀਵਨ ਨੂੰ ਸਮਝ ਲੈਂਦਾ ਹੈ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੀਰੀ ਸੰਸਾਰਕ ਕੀਤੀ ਨਿਰਾ ਸੰਸਾਰਕ ਬਣਜ ਕਰਕੇ ਥੱਕ ਜਾਂਦੇ ਹਨ ਉਹਨਾਂ ਦੀ ਮਾਇਆ ਦੀ ਥਰੇ ਨਹੀਂ ਮਿਟਦੀ ਮਾਇਆ ਦੀ ਭੁੱਖ ਨਹੀਂ ਦੂਰ ਹੁੰਦੀ ਏ ਨਾਨਕਾ ਏ ਭਾਈ ਤੂੰ ਪ੍ਰੇਮ ਨਾਲ ਸਦਾ ਥਿਰ ਪ੍ਰਭ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਮਨ ਵਿੱਚ ਪਰਮਾਤਮਾ ਦਾ ਨਾਮ ਬੀਜ ਬੀਜਿਆ ਕਰ। اے ਭਾਈ ਹਰਨਾਮ ਜੇ ਮਰੰਦੇ ਆਪਾਰ ਵਿੱਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮ ਦੀ ਮਣੀ ਚਮਕ ਪੈਂਦੀ ਹੈ। ਗੁਰੂ ਦੀ ਮੱਤ ਦੀ ਬਰਕਤ ਨਾਲ ਉਹਨਾਂ ਦੇ ਮਨ ਪ੍ਰਭੂ ਦੀ ਹਜ਼ੂਰੀ ਵਿੱਚ ਟਿਕ ਜਾਂਦਾ ਹੈ। ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਦੀ ਰਾਹੀ ਉਹਨਾਂ ਨੂੰ ਹਰਨਾਮ ਦੀ ਲਗਨ ਲੱਗ ਜਾਂਦੀ ਹੈ। ਜੇ ਨਾ ਮਨੁੱਖਾਂ ਦੇ ਮੂੰਹ ਉੱਤੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ਸਦਾ ਥਿਰ ਹਰੀ ਵਿੱਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ ਸਦਾ ਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਉਹ ਵੀ ਚਾਰ ਵਾਣ ਬਣ ਜਾਂਦੇ ਹਨ ਪਰ ਏ ਭਾਈ ਪਰਮਾਤਮਾ ਦਾ ਨਾਮ ਤੋਂ ਬਿਨਾਂ ਸਾਰਾ ਜਗਤ ਹਉਮੈ ਵਿੱਚ ੱੱਲਾ ਹੋਇਆ ਫਿਰਦਾ ਹੈ ਇਹ ਹਉਮੈ ਗੁਰੂ ਦੇ ਸਮੇਂ ਦੀ ਰਾਹੀ ਦੂਰ ਕੀਤੀ ਜਾ ਸਕਦੀ ਹੈ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਜੁੜ ਕੇ ਮਨੁੱਖ ਦੇ ਅੰਦਰ ਉੱਚੀ ਮਤ ਪੈਦਾ ਹੁੰਦੀ ਹੈ ਗੁਰੂ ਦੀ ਸ਼ਰਣ ਪਿਆ ਹਰ ਨਾਮ ਸੁਹਾਗ ਮਿਲ ਜਾਂਦਾ ਹੈ ਏ ਨਾਨਕ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ਉਸ ਨੂੰ ਗੁਰ ਸ਼ਬਦ ਦੀ ਰਾਹੀ ਤਰਨਾਸ਼ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ ਉਹ ਮਨੁੱਖ ਸਦਾ ਹਰ ਨਾਮ ਨੂੰ ਹਿਰਦੇ ਵਿੱਚ ਵਸਾਈ ਰੱਖਦਾ ਹੈ ਏ ਭਾਈ ਜਿਸ ਮਨੁੱਖ ਨੇ ਪਰਮਾਤਮਾ ਦੇ ਰਾਜਾ ਨੂੰ ਆਪਣੀ ਕੀਤੀ ਬਣਾਇਆ ਹੈ ਆਪਣਾ ਬਣਜ ਬਣਾਇਆ ਹੈ ਉਹ ਪ੍ਰਭੂ ਰਾਜਾ ਵਿੱਚ ਰਹਿ ਕੇ ਰੱਜਾ ਨੂੰ ਮਨ ਵਿੱਚ ਵਸਾ ਕੇ ਲੋਕ ਫਲੋਕ ਵਿੱਚ ਵਿੜਿਆਈ ਹਾਸਲ ਕਰਦਾ ਹੈ ਏ ਭਾਈ ਗੁਰੂ ਦੀ ਮਤ ਉੱਤੇ ਤੁਰਿਆ ਹੀ ਪਰਮਾਤਮਾ ਦੇ ਰਾਜਾ ਨੂੰ ਸਮਝਿਆ ਜਾ ਸਕਦਾ ਹੈ ਰਾਜਾ ਵਿੱਚ ਤੁਰਿਆ ਹੀ ਪ੍ਰਭੂ ਚਰਨਾਂ ਵਿੱਚ ਮਿਲਾਪ ਹੁੰਦਾ ਹੈ اے ਭਾਈ ਜਿਸ ਮਨੁੱਖ ਨੂੰ ਗੁਰੂ ਦਾਤਿ ਸ਼ਬਦ ਪ੍ਰਭੂ ਦੇ ਰਜਾ ਵਿੱਚ ਜੋੜਦਾ ਹੈ ਆਤਮਿਕ ਡੋਲਤਾਂ ਵਿੱਚ ਲੀਨ ਕਰਦਾ ਹੈ ਉਹ ਆਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ ਉਹ ਮਨੁੱਖ ਗੁਰੂ ਦੀ ਰਾਹੀ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ ਗੁਰੂ ਦੀ ਰਾਹੀ ਸਦਾ ਸਿਰ ਪ੍ਰਭੂ ਨੂੰ ਜੀਵਨ ਸੋਨਾ ਬਣਾਉਣ ਵਾਲੇ ਪ੍ਰਭੂ ਨੂੰ ਮਿਲ ਪੈਂਦਾ ਹੈ ਜਿਹੜਾ ਮਨੁੱਖ ਗੁਰੂ ਦੀ ਜਰਨ ਬੈ ਕੇ ਆਪ ਆਪ ਦੂਰ ਕਰਦਾ ਹੈ ਉਹ ਹਰ ਇੱਕ ਡਰਨਾਸ਼ ਕਰਨ ਵਾਲੇ ਪ੍ਰਭੂ ਨੂੰ ਮਿਲ ਪੈਂਦਾ ਹੈ ਉਹ ਪ੍ਰਭੂ ਚਰਨਾਂ ਵਿਚ ਲੀਨ ਹੋ ਜਾਂਦਾ ਹੈ اے ਨਾਨਕ ਤੂੰ ਵੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਜੋ ਪਹੁੰਚ ਹੈ ਇਨਸਾਨੀ ਸਿਆਣਪ ਦੀ ਪਹੁੰਚ ਤੋਂ ਪਰੇ ਹੈ ਜਿਸ ਤੱਕ ਗਿਆਨ ਇੰਦਰਾਂ ਦੀ ਪਹੁੰਚ ਨਹੀਂ ਹੋ ਸਕਦੀ ਤੇ ਜੋ ਆਪਣੀ ਰਜਾ ਅਨਸਾਰ ਹਰ ਥਾਂ ਵਿਆਪਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ